ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਕਾਠੇ ਅਧਿਕਾਰੀ ਵਿਖੇ CDPO ਰਾਜਬਾਲਾ ਦੀ ਅਗਵਾਈ 'ਚ ਬਲਾਕ ਪੱਧਰੀ ਲੋਹੜੀ ਸਮਾਗਮ ਕਰਵਾਇਆ ਗਿਆ। ਇਸ ਮੌਕੇ 11 ਨਵਜਨਮੀ ਲੜਕੀਆਂ ਦੀ ਲੋਹੜੀ ਵੀ ਪਾਈ ਗਈ। ਸਮਾਗਮ 'ਚ ਵਿਧਾਇਕ ਪਵਨ ਕੁਮਾਰ ਆਦੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ 'ਚ ਅੱਗੇ ਵੱਧ ਰਹੀਆਂ ਨੇ ਅਤੇ ਲੜਕੀਆਂ ਤੋਂ ਬਿਨਾਂ ਸਮਾਜ ਦੀ ਸਿਰਜਣਾ ਵੀ ਨਹੀਂ ਕੀਤੀ ਜਾ ਸਕਦੀ। ਆਫਿਸਰ ਸਾਹਿਬਾਨ, ਖਾਸ ਤੌਰ 'ਤੇ ਇਸ ਡਿਪਾਰਟਮੈਂਟ ਦਾ ਮੈਂ ਆਭਾਰੀ ਹਾਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਆਰੰਭਿਆ। ਸਾਡੇ ਡਾਕਟਰ ਗੋਜਰਾ ਜੀ, ਸਾਡੇ ਪਾਰਟੀ ਦੇ ਬਹੁਤ ਹੀ ਉੱਘੇ ਲੀਡਰ ਸਾਹਿਬਾਨ, ਸਰਪੰਚ ਸਾਹਿਬ, ਲੰਬੜਦਾਰ ਸਾਹਿਬ, ਪਿਆਰੀਆਂ ਬੱਚੀਆਂ, ਮੇਰੀਆਂ ਭੈਣਾਂ, ਉਹਨਾਂ ਦੀਆਂ ਮਾਵਾਂ, ਅਤੇ ਇਸ ਡਿਪਾਰਟਮੈਂਟ ਤੋਂ ਜਿੰਨੇ ਵੀ ਬੀਬੀਆਂ ਚੱਲ ਕੇ ਆਈਆਂ ਆਫਿਸਰ ਸਾਹਿਬਾਨ, ਉਹਨਾਂ ਦੇ ਨਾਲ ਇਸ ਪ੍ਰੋਗਰਾਮ ਦੀ ਆਰੰਭਤਾ ਕਰਦੇ ਹੋਏ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਟੇਜ ਦਾ ਸੰਚਾਲਨ ਕਰ ਰਹੀ ਮੇਰੀ ਛੋਟੀ ਭੈਣ ਹੈ, ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਦੋ ਬੱਚੀਆਂ ਅੰਮ੍ਰਿਤਧਾਰੀ ਜਿਸ ਵੇਲੇ ਬੋਲ ਰਹੀਆਂ ਸੀ ਤੇ ਮਨ ਚ ਜੋੜਾ ਆ ਰਿਹਾ ਸੀ, ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਅਸੀਂ ਜਿਸ ਵੇਲੇ ਬਾਹਰ ਜਾਂਦੇ ਹਾਂ ਤਾਂ ਆਪਣੇ ਦੇਸ਼ ਦਾ ਨਾਮ ਲੈਂਦੇ ਹਾਂ ਕਿ ਸਾਡਾ ਹਿੰਦੁਸਤਾਨ, ਮੇਰਾ ਦੇਸ਼, ਮੇਰੀ ਸਟੇਟ, ਮੇਰਾ ਪਿੰਡ, ਇਹਦੇ ਅੰਦਰ ਆ ਖੂਬੀਆਂ ਮਗਰ ਇੱਕ ਤਰੁੱਟੀ ਜਿਹੜੀ ਸਾਰੀਆਂ ਹੀ ਖੂਬੀਆਂ ਨੂੰ ਨਾਸ਼ ਕਰ ਦਿੰਦੀ ਹੈ, ਉਹ ਹੈ ਧੀਆਂ ਦਾ ਕਤਲ। ਮੈਂ ਦਿਲ ਨੂੰ ਖੋਲ ਕੇ ਦਿਖਾ ਨਹੀਂ ਸਕਦਾ ਮਗਰ ਦਿਲ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਸਕਦਾ। ਜਿਸ ਘਰਾਂ ਦੇ ਵਿੱਚ ਕਦੇ ਵੀ ਕਦੀ ਏਦਾਂ ਦੀ ਘਟਨਾ ਵਾਪਰੀ ਹੋਵੇ ਉਹ ਕਦੇ ਮਾਫ਼ ਨਹੀਂ ਹੁੰਦੇ।